ਕਿਹੜਾ ਪਿੰਡ ਆ ਤੁਹਾਡਾ ਜੀ? ਕਿਹੜੀ ਆ ਸੰਦਰੇ ਅੱਜ ਤੋਂ ਬਾਅਦ ਨਹੀਂ ਦੇਖੀ ਉਹ ਇਹਨੂੰ ਤੋਂ ਸ਼ਾਮ ਇਹ ਕਿਉਂ ਗਾਲੇ ਥੋਨੇ ਟੀਕੇ ਲਾ ਰਿਹਾ ਇੱਥੇ ਮੋਟਰ ਤੇ ਬੈਠਾ ਯਾਰ ਮਾਤਾ ਜਰੇ ਤੋਂ ਆ ਰਹਾ ਸਾਂ ਹੈ ਜਰੇ ਉਹ ਪਤਾ ਗਿਆ ਥਾਣੇ ਚ ਕਾ ਦੀਏ ਨੂੰ पंजाब की नौजवान पीढ़ी दिनों दिन नशियां की दलदल दे विच तसदी जा रही है। भावें कि पंजाब के मुख्यमंत्री कैप्टन अमरिंदर सिंह दे वलों नशे के खात्मे करन लई चार हफ्ते का समा मंगया गया सी, पर साढ़े चार साल बीत जाण दे बाद भी स्थिति ज्यों दी त्यों ही बनी हुई है। ताज़ा मामला सामने आया है नाभा रोटी पुल के नज़दीक एक मोटर से नौजवान चिट्टे का टीका लगाउंदा रंगे हथी मोटर के मालकां दे वलों काबू किया गया। नौजवान की उम्र करीब 27 साल दसी जा रही है, जो कि अपने पिंड का नाम खेड़ी जट्टा दस रहा है। जब नौजवानों के वलों इस नशेड़ी मुंडे नूं फड़िया गया तो हुण उन्हां दी पहरी पै गया अते अपना खेड़ा छुड़ाउण दे लई जद्दोजहद करन लग्या कि वह अगे तो अजिहा काम नहीं करेगा। ਇਹ ਇੰਜੈਕਸ਼ਨ ਜੀ ਸਾਨੇ ਆਪਦੀਆਂ ਸਾਡੀਆਂ ਮੋਟਰਾਂ ਤੋਂ ਰੋਟੀ ਦੇ ਪੁੱਲ ਨਾਲ ਲੱਗਵੀਆਂ ਜਿਹੜੀਆਂ ਸਾਡੀਆਂ ਮੋਟਰਾਂ ਨੇ ਉਹਨਾਂ ਤੋਂ ਇਹ ਜਿਹੜੇ ਸਮੈਕ ਪੀਂਦੇ ਨੇ ਚਿੱਟਾ ਪੀਂਦੇ ਨੇ ਇਹ ਇੰਜੈਕਸ਼ਨ ਉਹਨਾਂ ਤੋਂ ਫੜੇ ਨੇ। ਸਾਡੇ ਏਰੀਆ ਜਿਹੜਾ ਸਾਡਾ ਸਾਡੇ ਏਰੀਏ ਦਾ ਕੈਬਨਿਟ ਮੰਤਰੀ ਆ ਬ੍ਰਹਮ ਮਹਿੰਦਰਾ ਅਤੇ ਨਾਲੇ ਰੋਟੀ ਦੇ ਪੁੱਲਾਂ ਤੋਂ ਕੁਛ ਹੀ ਦੂਰੀ 'ਤੇ ਆ ਨਾਭਾ, ਉੱਥੋਂ ਆ ਕੈਬਨਿਟ ਮੰਤਰੀ। ਦੋਨਾਂ ਦੇ ਰਹਿਨੁਮਾਈ ਥੱਲੇ ਇਹ ਸਮਾਨ ਰੋਟੀ ਦੇ ਪੁੱਲਾਂ 'ਤੇ ਜੱਗਰ ਵਿਕ ਰਿਹਾ, ਸਾਡੀਆਂ ਮੋਟਰਾਂ ਤੋਂ ਚੋਰੀ ਹੋ ਰਹੀ ਆ, ਕੋਈ ਕੇਬਲਾਂ ਲਾ ਕੇ ਲੈ ਕੇ ਜਾ ਰਿਹਾ, ਕੋਈ ਸਾਡੀਆਂ ਮੋਟਰਾਂ ਕੱਢ ਕੇ, ਕੋਈ ਟਰਾਂਸਫਾਰਮ ਕੱਢ ਕੇ ਲਾ ਕੇ ਲੈ ਕੇ ਜਾ ਰਹੇ ਨੇ। ਸਾਨੂੰ ਇੰਨਾ ਦੁਖੀ ਕਰਿਆ ਪਿਆ ਉੱਥੇ ਸਮੈਕੀਆਂ ਨੇ, ਸਾਡੀਆਂ ਮੋਟਰਾਂ ਦੇ ਫੁੱਲੇ ਚੋਰੀ ਹੋ ਰਹੀ ਆ। ਕੈਪਟਨ ਸਾਹਿਬ ਕਹਿੰਦੇ ਤੇ ਵੀ ਚਾਰ ਹਫ਼ਤਿਆਂ ਦੇ ਵਿੱਚ ਅਸੀਂ ਚਿੱਟਾ ਖਤਮ ਕਰ ਦਾਂਗੇ। ਸਾਢੇ ਚਾਰ ਸਾਲ ਹੋ ਗਏ ਹੁਣ ਤੱਕ ਚਿੱਟਾ ਖਤਮ ਨਹੀਂ ਹੋਇਆ। ਤੁਸੀਂ ਰੋਟੀ ਦੇ ਪੁੱਲਾਂ 'ਤੇ ਨਾਕਾ ਲਾ ਕੇ ਕੋਈ ਵੀ ਦੇਖ ਸਕਦਾ, ਲੋਕ ਇੰਨੇ ਦੁਖੀ ਨੇ, ਉੱਥੋਂ ਲੰਘਿਆ ਵੀ ਨਹੀਂ ਜਾਂਦਾ। ਜੇ ਕੋਈ ਗੱਡੀ ਲੈ ਕੇ ਜਾਂਦਾ ਤਾਂ ਗੱਡੀ ਵੀ ਦੇਖ ਕੇ ਨਘਾਉਣੀ ਪੈਂਦੀ ਆ ਵੀ ਕੋਈ ਸਮੈਕੀਆ ਲਿਆ ਕੇ ਧੱਕੇ ਨਾਲ ਵਿੱਚ ਨਾ ਮਾਰੇ, ਇੰਨਾ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਉੱਥੇ ਜੀ। ਜੀ ਇੱਕ ਬੇਨਤੀ ਹੈ ਜੀ, ਅੱਜ ਅਸੀਂ ਸਾਡੀਆਂ ਮੋਟਰਾਂ ਨੇ ਡੀ ਟੀ ਰੋਡ ਦੇ ਉੱਤੇ ਜਿੱਥੇ ਕੁਬੇਰ ਫੀਲਿੰਗ ਸਟੇਸ਼ਨ ਪੈਟਰੋਲ ਪੰਪ ਪੈਂਦਾ ਉੱਥੋਂ ਨਸ਼ੇ ਵਾਲੇ ਬੰਦੇ ਫੜੇ ਨੇ, ਜਿਨ੍ਹਾਂ ਲਵੋਂ ਟੀਕੇ ਫੜੇ ਗਏ ਨੇ, ਉਹਨਾਂ ਦੀ ਤੁਹਾਨੂੰ ਵੀਡੀਓ ਵੀ ਦਿਖਾਈ ਜਾਊਗੀ। ਇਹ ਜਿਹੜਾ ਸਾਡੇ ਰੋਟੀ ਦੇ ਪੁੱਲ ਪੈਂਦੇ ਨੇ ਇਹ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਪੈਂਦੇ ਨੇ, ਇੱਕ ਪਟਿਆਲਾ ਦਿਹਾਤੀ ਦੇ, ਇੱਕ ਨਾਭਾ ਦੇ, ਜੋ ਕਿ ਦੋਵੇਂ ਮਿਨਿਸਟਰ ਨੇ। ਜਦ ਕਿ ਕੈਪਟਨ ਸਾਹਿਬ ਕਹਿੰਦੇ ਤੇ ਵੀ ਸਾਢੇ ਚਾਰ ਹਫ਼ਤਿਆਂ ਦੇ ਵਿੱਚ ਅਸੀਂ ਨਸ਼ਾ ਬੰਦ ਕਰ ਦਾਂਗੇ, ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਨਸ਼ਾ ਬੰਦ ਨਹੀਂ ਹੋਇਆ ਜੀ। ਬਹੁਤ ਦੁਖੀ ਹੈ ਜੀ, ਮੋਟਰਾਂ 'ਤੇ ਕੇਬਲਾਂ ਚੋਰੀ ਹੋ ਰਹੀਆਂ ਨੇ, ਟਰਾਂਸਫਾਰਮ ਚੋਰੀ ਹੋ ਰਹੇ ਨੇ, ਅਤੇ ਮੌਕੇ 'ਤੇ ਫਿਰ ਪ੍ਰਸ਼ਾਸਨ ਵੱਲੋਂ ਧਰੇ ਵੀ ਛੇਤੀ ਨਹੀਂ ਜਾ ਰਹੇ। ਅਗਲਾ ਕਹਿੰਦਾ ਆਪਦੀ ਭਾਈ ਗੌਰ ਰੱਖੋ, ਨਾ ਹੁਣ ਗੌਰ ਰੱਖ ਸਕਦੇ, ਲੋਕਾਂ ਦੇ ਜਵਾਕ ਗਾਲੇ ਜਾ ਰਹੇ ਨੇ। ਮੇਰੀ ਤਾਂ ਇਹੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹਨਾਂ ਦੇ ਜੋ ਨਸ਼ਾ ਸਮਗਲਰ ਨੇ ਨੱਥ ਪਾ ਕੇ ਇਹਨੂੰ ਠੱਲ ਪਾਈ ਜਾਵੇ ਜੀ। ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।